ਦੋਸਤੋ ਅੱਜ ਗੱਲ ਕਰਦੇ ਹਾਂ ਆਪਾਂ ਸਾਡੇ ਰਾਜਸੀ ਨੇਤਾ ਸਿਆਸੀ ਨੇਤਾ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲੋਕ ਸਭਾ ਵਿੱਚ ਜਾਂ ਵਿਧਾਨ ਸਭਾ ਵਿੱਚ ਭੇਜਦੇ ਹਾਂ ਤਾਂ ਕਿ ਉਹ ਸਾਡੇ ਹਿੱਤਾਂ ਦੀ ਰਾਖੀ ਕਰ ਸਕਣ, ਆਪਦੀ ਜਨਤਾ ਦੀ ਜਿਹੜੇ ਇੰਟਰਸਟ ਨੇ ਜਾਂ ਦੇਸ਼ ਦੇ ਹਿੱਤ ਨੇ ਉਹਨਾਂ ਦੀ ਰਾਖੀ ਕਰ ਸਕਣ ਅਤੇ ਲੋਕ ਸੇਵਾ ਕਰ ਸਕਣ। ਪਰ ਸੱਚਾਈ ਬਿਲਕੁਲ ਇਸ ਤੋਂ ਦੂਰ ਹੈ। ਬਹੁਤੇ ਜਿਹੜੇ ਨੇਤਾ ਹੈ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਚ ਲੱਗੇ ਹੋਏ ਨੇ ਅਤੇ ਆਪਣੇ ਲਾਹੇ ਲੈਣ 'ਚ ਲੱਗੇ ਹੋਏ ਨੇ। ਆਮ ਤੌਰ 'ਤੇ ਇੱਕ ਦੂਜੇ 'ਤੇ ਜਿਹੜੇ ਦੂਸ਼ਣਬਾਜ਼ੀ ਕਰਦੇ ਨੇ ਸਿਆਸੀ ਨੇਤਾ ਵਿਰੋਧੀ ਪਾਰਟੀਆਂ, ਅਤੇ ਕਿ ਦੂਸਰੀ ਪਾਰਟੀ ਦੇ ਨੇਤਾ ਜਿਹੜੇ ਇਹ ਘਪਲੇਬਾਜ਼ੀ ਕਰ ਗਏ ਸਰਕਾਰ ਦੀਆਂ, ਜਿਹੜੇ ਸਰਕਾਰੀ ਜਿਹੜੀਆਂ ਸੱਤਾਧਾਰੀ ਧਿਰਾਂ ਉਹ ਦੂਜੀਆਂ ਵਿਰੋਧੀ ਧਿਰਾਂ 'ਤੇ ਐਲੀਗੇਸ਼ਨ ਲਾਉਂਦੀਆਂ, ਵਿਰੋਧੀ ਧਿਰਾਂ ਜਿਹੜੀਆਂ ਸੱਤਾਧਾਰੀ 'ਤੇ ਐਲੀਗੇਸ਼ਨ ਲੱਗਦੀਆਂ। ਪਰ ਸੱਚਾਈ ਇਹ ਹੈ ਕਿ ਦੋਨੇ ਇੱਕੋ ਜਿਹੇ ਨੇ, ਮੁੱਦੇ ਬਹੁਤ ਨੇ। ਕਿੱਥੇ ਕੀ ਹੁੰਦਾ ਹੈ, ਜਿਹੜੇ ਸਿਆਸੀ ਨੇਤਾ ਨੇ ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ 'ਤੇ ਸਰਕਾਰੀ ਖਜ਼ਾਨੇ ਤੋਂ ਕਿੰਨਾ ਪੈਸਾ ਖਰਚਿਆ ਜਾਂਦਾ, ਉਹਨਾਂ ਦੇ ਜਿਹੜੇ ਸਹੂਲਤਾਂ 'ਤੇ, ਸਿਹਤ ਸਹੂਲਤਾਂ 'ਤੇ, ਹੋਰ ਉਹਨਾਂ ਦੇ ਜਿਹੜੇ ਖਰਚੇ ਆ ਬਹੁਤ ਜ਼ਿਆਦਾ ਨੇ। ਪਰ ਅੱਜ ਸਿਰਫ ਆਪਾਂ ਗੱਲ ਕਰਾਂਗੇ ਇਨਕਮ ਟੈਕਸ ਦੀ। ਜਦੋਂ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੀ, ਉਸ ਤੋਂ ਕੁਛ ਸਾਲ ਕੁ ਬਾਅਦ ਮੁੱਖ ਮੰਤਰੀ ਨੇ, ਭਾਵੇਂ ਉਹ ਇੱਕ ਮੁੱਦਾ ਸੀ ਲੋਕਾਂ ਦਾ ਧਿਆਨ ਆਪਣੇ ਵੱਲ ਅਟਰੈਕਟ ਕਰਨ ਦਾ, ਪਰ ਉਹਨਾਂ ਨੇ ਸਾਰੇ ਆਪਣੇ ਜਿਹੜੇ MLA ਹੈ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਜਿਹੜਾ ਰੂਲ ਮੁਤਾਬਕ ਜਿਹੜੇ MLA ਦਾ ਇਨਕਮ ਟੈਕਸ ਬਣਦਾ ਹੈ ਉਹ ਸਰਕਾਰੀ ਖਜ਼ਾਨੇ 'ਚੋਂ ਪੇ ਕੀਤਾ ਜਾਂਦਾ ਹੈ, ਯਾਨੀ ਜਿਹੜਾ ਇਨਕਮ ਹੁੰਦੀ ਹੈ MLA ਨੂੰ ਉਹਦੇ 'ਤੇ ਜਿੰਨਾ ਵੀ ਇਨਕਮ ਟੈਕਸ ਬਣਦਾ ਉਹ ਸਰਕਾਰ ਪੇ ਕਰਦੀ ਹੈ। ਮੁੱਖ ਮੰਤਰੀ ਨੇ ਆਪਣੇ ਸਾਰੇ ਮੰਤਰੀਆਂ ਨੂੰ ਕਿਹਾ ਸੀ ਕਿ ਤੁਸੀਂ ਜਿਹੜਾ ਆਪਣਾ ਇਨਕਮ ਟੈਕਸ ਹੈ ਖੁਦ ਭਰੋ ਤਾਂ ਕਿ ਸਰਕਾਰੀ ਖਜ਼ਾਨੇ ਤੋਂ ਬੋਝ ਘਟਾਇਆ ਜਾ ਸਕੇ। ਉਹਨਾਂ ਨੇ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਆਪਦਾ ਜਿਹੜਾ ਟੈਕਸ ਹੈ ਉਹ ਖੁਦ ਭਰੋ, ਪਰ ਇਹਦੇ 'ਤੇ ਕਿੰਨੇ ਕੁ ਜਿਹੜੇ ਵਿਧਾਇਕ ਹੈ ਉਹਨਾਂ ਨੇ ਅਮਲ ਕੀਤਾ। ਸਰਕਾਰੀ ਖਜ਼ਾਨੇ 'ਚ ਕੋਈ ਨੋਟਾਂ ਵਾਲੀ ਮਸ਼ੀਨ ਤਾਂ ਲੱਗੀ ਨਹੀਂ ਹੁੰਦੀ ਕਿ ਨੋਟ ਬਣੀ ਜਾਂਦੇ ਆ ਅਤੇ ਸਰਕਾਰੀ ਖਜ਼ਾਨੇ 'ਚੋਂ ਵਿਧਾਇਕਾਂ 'ਤੇ ਜਾਂ ਹੋਰ ਜਿਹੜੇ ਡਿਵੈਲਪਮੈਂਟ ਦੇ ਕਾਰਜ ਆ ਉਹਨਾਂ 'ਤੇ ਖਰਚਾ ਹੋ ਜਾਂਦਾ। ਆਫਟਰਆਲ ਜਿਹੜੇ ਸਰਕਾਰੀ ਖਜ਼ਾਨੇ 'ਚ ਜੋ ਵੀ ਪੈਸਾ ਉਹ ਸਾਡੀਆਂ ਲੋਕਾਂ ਦੀਆਂ ਜੇਬਾਂ 'ਚੋਂ ਜਾਣਾ ਹੁੰਦਾ ਹੈ। ਟੈਕਸਾਂ ਦੇ ਰੂਪ ਵਿੱਚ ਹੋਰ ਜਿਹੜੇ ਆਪਾਂ ਸਵੇਰ ਤੋਂ ਸ਼ਾਮ ਤੱਕ ਟੈਕਸ ਦਿੰਦੇ ਹਾਂ ਉਹ ਹੀ ਸਰਕਾਰੀ ਖਜ਼ਾਨੇ ਦੀ ਇਨਕਮ ਹੁੰਦੀ ਹੈ, ਉਹ ਹੀ ਸੋਰਸ ਹੈ, ਉਹਨਾਂ ਤੋਂ ਸਰਕਾਰੀ ਖਜ਼ਾਨੇ 'ਚ ਪੈਸਾ ਜਾਣਾ। ਜੇਕਰ ਸਰਕਾਰੀ ਖਜ਼ਾਨੇ ਦਾ ਪੈਸਾ ਜਿੱਥੇ ਕਿਤੇ ਗਲਤ ਵਰਤਿਆ ਜਾਂਦਾ ਉਹ ਸਾਡੀਆਂ ਜੇਬਾਂ 'ਚੋਂ ਵਰਤਿਆ ਜਾਂਦਾ। ਜੇ ਪਿਛਲੇ ਸਮੇਂ 'ਚ ਪੰਜਾਬ 'ਚ ਬਹੁਤ ਰੌਲਾ ਪਿਆ ਜਿਹੜਾ ਬਿਜਲੀ ਬਿੱਲਾਂ ਦਾ, ਕਿ ਬਿਜਲੀ ਜਿਹੜੇ ਅਕਾਲੀ ਸਰਕਾਰ ਨੇ ਜਿਹੜੇ ਬਿਜਲੀ ਸਮਝੌਤੇ ਕੀਤੇ ਆ ਉਹਨਾਂ ਨਾਲ ਲੋਕਾਂ ਦੀਆਂ ਜੇਬਾਂ 'ਤੇ ਭਾਰ ਪਿਆ ਹੈ, ਪਰ ਸੱਚਾਈ ਇਹ ਹੈ ਕਿ ਜਿਹੜਾ ਵਿਧਾਨ ਸਭਾ ਦੇ ਜਿਹੜੇ MLA ਆ ਉਹ ਖਰਚ ਕਰ ਰਹੇ ਉਹਦਾ ਜਿਹੜਾ ਬੋਝ ਆ ਉਹ ਵੀ ਸਾਡੀਆਂ ਜੇਬਾਂ 'ਤੇ ਪਿਆ ਹੈ। ਪਿਛਲੇ ਦਿਨਾਂ ਵਿੱਚ ਇੱਕ RTI ਪਾਈ ਗਈ ਕਿ ਕਿੰਨੇ ਜਿਹੜੇ MLA ਆ ਉਹਨਾਂ ਦਾ ਜਿਹੜਾ ਇਨਕਮ ਟੈਕਸ ਹੈ ਸਰਕਾਰ ਪੇ ਕਰਦੀ ਹੈ। ਉਹਦੇ 'ਚ ਬੜੇ ਹੈਰਾਨੀਜਨਕ ਜਿਹੜੇ ਤੱਥ ਹੈ ਉਹ ਸਾਹਮਣੇ ਆਏ। ਜਿਹੜੇ ਮੰਤਰੀ ਨੇ ਉਹ ਸਾਰੇ ਜਿਹੜੇ ਇਨਕਮ ਟੈਕਸ ਹੈ ਉਹਨਾਂ ਦੀ ਤਨਖਾਹ 'ਚੋਂ ਕੱਟਿਆ ਜਾਂਦਾ, ਉਹ ਇਨਕਮ ਟੈਕਸ ਖੁਦ ਪੇ ਕਰਦੇ ਨੇ। ਪਰ ਮੰਤਰੀਆਂ ਤੋਂ ਇਲਾਵਾ ਜਿੰਨੇ ਵਿਧਾਇਕ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਆਪਦਾ ਜਿਹੜੀ ਇਨਕਮ ਹੈ, ਕਿਉਂਕਿ ਹਰ ਬੰਦਾ ਜਿਹੜਾ ਹਰ ਇੰਪਲਾਈ ਹੈ, ਭਾਵੇਂ ਇੱਕ ਮਾਸਟਰ ਹੈ, ਭਾਵੇਂ ਇੱਕ PN ਹੈ, ਹੈਂ, ਭਾਵੇਂ ਕੋਈ ਇੱਕ ਦੁਕਾਨਦਾਰ ਹੈ, ਜਿੰਨਾ ਵੀ ਉਹ ਆਪਦੀ ਇਨਕਮ ਟੈਕਸ ਬਣਦਾ ਉਹ ਆਪਦੀ ਜੇਬ 'ਚੋਂ ਪੇ ਕਰਦਾ ਹੈ। ਪਰ MLA ਸਰਕਾਰ ਤੋਂ ਪੇ ਕਰਵਾਉਂਦੇ ਨੇ, ਉਹਨਾਂ ਦੀ ਤਨਖਾਹ 'ਚੋਂ ਨਹੀਂ ਜਾਂਦਾ। ਅਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਕਿ ਤੁਸੀਂ ਆਪਦਾ ਟੈਕਸ ਖੁਦ ਪੇ ਕਰੋ, ਪਰ ਹੁਣ ਤੱਕ ਇਸ ਗੱਲ ਨੂੰ 4 ਸਾਲ ਬੀਤ ਚੁੱਕੇ ਨੇ। 4 ਸਾਲਾਂ 'ਚ ਜਿਹੜੇ ਹੁਣ ਅੰਕੜੇ ਸਾਹਮਣੇ ਆਏ, ਪੰਜਾਬ ਦੇ 117 ਜਿਹੜੇ MLA ਨੇ, 117 MLA 'ਚੋਂ 17 ਜਿਹੜੇ ਮੰਤਰੀ ਨੇ ਉਹ ਆਪਦਾ ਖੁਦ ਜਿਹੜਾ ਹੈਗਾ ਪੇ ਕਰਦੇ ਨੇ। ਉਹਨਾਂ 'ਚੋਂ ਸਿਰਫ 3 MLA ਨੇ, ਉਸ ਤੋਂ ਇਲਾਵਾ ਮੰਤਰੀਆਂ ਤੋਂ ਇਲਾਵਾ, ਜਿਹੜੇ ਆਪਦੀ ਤਨਖਾਹ 'ਚੋਂ ਇਨਕਮ ਟੈਕਸ ਪੇ ਕਰਦੇ ਨੇ। ਜਿਹੜੇ ਕਾਂਗਰਸ ਦੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਉਹਨਾਂ ਨਾਲ 4 ਜਿਹੜੇ ਬਣਾਏ ਗਏ ਹੈ ਕਾਰਜਕਾਰੀ ਪ੍ਰਧਾਨ, ਉਹਨਾਂ ਵਿੱਚੋਂ ਇੱਕ ਨੇ ਕੁਲਜੀਤ ਸਿੰਘ ਨਾਗਰਾ ਜੀ। ਕੁਲਜੀਤ ਸਿੰਘ ਨਾਗਰਾ ਜੀ ਆਪਣਾ ਜਿਹੜਾ ਟੈਕਸ ਹੈ ਉਹ ਆਪਣੀ ਤਨਖਾਹ 'ਚੋਂ ਕਟਾਉਂਦੇ ਨੇ, ਉਹ ਆਪ ਭਰਦੇ ਨੇ। ਦੂਸਰੇ ਜਿਹੜੇ ਲੁਧਿਆਣਾ ਦੇ MLA ਨੇ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ, ਦੋਨੋਂ ਭਰਾ ਨੇ, ਉਹ ਆਪਣਾ ਜਿਹੜਾ ਟੈਕਸ ਹੈ ਉਹ ਖੁਦ ਕਟਵਾਉਂਦੇ ਨੇ, ਉਹਨਾਂ ਦੀ ਤਨਖਾਹ 'ਚੋਂ ਕੱਟਿਆ ਜਾਂਦਾ। ਇਹਨਾਂ 3 MLA ਤੋਂ ਇਲਾਵਾ ਜਿਹੜੇ 93 MLA ਆ ਜਿਨ੍ਹਾਂ ਦਾ ਸਰਕਾਰ ਟੈਕਸ ਸਰਕਾਰੀ ਖਜ਼ਾਨੇ 'ਚੋਂ ਪੇ ਕੀਤਾ ਜਾਂਦਾ ਹੈ, ਉਹਨਾਂ ਨੂੰ ਆਪਾਂ ਜਿਹੜੇ ਬਾਕੀਆਂ ਨੂੰ ਛੱਡ ਦਈਏ, 193 ਦੇ ਨਾਂ ਲੈਣੇ ਬਹੁਤ ਲੰਬੀ ਲਿਸਟ ਹੋ ਜੂਗੀ, ਆਪਾਂ ਕੁਛ ਕੁ ਉਹਨਾਂ MLA ਨੂੰ ਦਾ ਜ਼ਿਕਰ ਕਰਦੇ ਹਾਂ ਜਿਹੜੇ ਕਿ ਮੀਡੀਆ ਵਿੱਚ ਬਹੁਤ ਹਾਈਲਾਈਟ ਹੁੰਦੇ ਨੇ, ਮੀਡੀਆ 'ਚ ਪ੍ਰਚਾਰ ਕਰਦੇ ਨੇ, ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ।
ਸਭ ਤੋਂ ਪਹਿਲਾਂ ਆਉਂਦੇ ਹਾਂ ਆਪਾਂ ਆਮ ਆਦਮੀ ਪਾਰਟੀ ਦੇ। ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ, ਇਹ ਹਮੇਸ਼ਾ ਲੋਕਾਂ ਦੀ ਗੱਲ ਕਰਦੇ ਨੇ, ਮੀਡੀਆ 'ਚ ਆਪਣੇ ਆਪ ਨੂੰ ਬਹੁਤ ਹਾਈਲਾਈਟ ਕਰਦੇ ਨੇ ਕਿ ਮੈਂ ਜਿਹੜੇ ਹੈਗੇ ਆਪਦੇ ਹਲਕੇ ਦੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ। ਪਰ ਅਮਨ ਅਰੋੜਾ ਜੀ ਨੇ ਹਲੇ ਤੱਕ 4 ਸਾਲ ਹੋ ਗਏ, 4 ਸਾਲ ਤੱਕ ਹਲੇ ਤੱਕ ਆਪਦਾ ਇਨਕਮ ਟੈਕਸ ਹੈ ਜਿਹੜਾ ਉਹ ਖੁਦ ਭਰਨ ਲਈ ਸਰਕਾਰ ਨੂੰ ਲੈਟਰ ਨਹੀਂ ਦਿੱਤਾ, ਅਤੇ ਉਹਨਾਂ ਦਾ ਹੁਣ ਤੱਕ ਵੀ ਜਿਹੜਾ ਇਨਕਮ ਟੈਕਸ ਹੈ ਉਹ ਸਰਕਾਰ ਪੇ ਕਰਦੀ ਹੈ, ਸਰਕਾਰੀ ਖਜ਼ਾਨੇ 'ਚੋਂ ਪੇ ਕੀਤਾ ਜਾਂਦਾ। ਦੂਜੇ MLA ਨੇ, ਕਾਂਗਰਸ ਦੇ MLA ਜਿਹੜੇ ਬਹੁਤ ਤੱਕੜ ਸਮਝੇ ਜਾਂਦੇ ਨੇ, ਵਾਦਾਂ 'ਚ ਘਿਰਨ ਵਾਲੇ ਘਿਰੇ ਰਹਿੰਦੇ ਨੇ ਹਮੇਸ਼ਾ ਹੀ, ਰਾਜਾ ਵਿਣਗ ਜੀ, ਰਾਜਾ ਵਿਣਗ ਜੀ ਵੀ ਅਜੇ ਤੱਕ ਆਪਣਾ ਟੈਕਸ ਆਪ ਨਹੀਂ ਭਰਦੇ, ਉਹਨਾਂ ਦਾ ਟੈਕਸ ਵੀ ਸਰਕਾਰ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਭਰਿਆ ਜਾਂਦਾ, ਉਹਨਾਂ ਦੀ ਤਨਖਾਹ 'ਚੋਂ ਨਹੀਂ ਭਰਿਆ ਜਾਂਦਾ। ਆਮ ਆਦਮੀ ਪਾਰਟੀ ਦੀ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ MLA ਹੈ ਪ੍ਰੋਫੈਸਰ ਬਲਜਿੰਦਰ ਕੌਰ। ਪ੍ਰੋਫੈਸਰ ਹੋਣ ਦੇ ਨਾਂ 'ਤੇ ਵੀ ਉਹਨਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਲੋਕਾਂ ਦੇ ਹਿੱਤ ਹੈ, ਲੋਕਾਂ ਦੇ ਹਿੱਤਾਂ ਲਈ ਮੂਹਰੇ ਆਉਣ, ਮੋਹਰੀ ਹੋ ਕੇ ਆਪਦੀ ਭੂਮਿਕਾ ਨਿਭਾਉਣ। ਪਰ ਪ੍ਰੋਫੈਸਰ ਬਲਜਿੰਦਰ ਕੌਰ ਜੀ ਨੇ ਵੀ ਅਜੇ ਤੱਕ ਆਪਣਾ ਟੈਕਸ ਆਪ ਭਰਨ ਲਈ ਐਪਲੀਕੇਸ਼ਨ ਨਹੀਂ ਦਿੱਤੀ, ਹੁਣ ਤੱਕ ਉਹਨਾਂ ਦਾ ਟੈਕਸ ਸਰਕਾਰੀ ਖਜ਼ਾਨੇ 'ਚੋਂ ਹੀ ਭਰਿਆ ਜਾਂਦਾ ਹੈ। ਅੱਗੇ ਆ ਜਾਓ ਜੀ, ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਨੇਤਾ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ, ਮਜੀਠੀਆ ਸਾਹਿਬ ਵੀ ਬਹੁਤ ਚਰਚਾ ਵਿੱਚ ਰਹਿੰਦੇ ਨੇ, ਅਕਾਲੀ ਦਲ ਦੇ ਬਹੁਤ ਸੀਨੀਅਰ ਆਗੂ ਨੇ। ਪਰ ਬਿਕਰਮਜੀਤ ਸਿੰਘ ਮਜੀਠੀਆ ਵੀ ਅਜੇ ਤੱਕ ਜਿਹੜਾ ਆਪਣਾ ਟੈਕਸ ਆ, ਆਪਣਾ ਇਨਕਮ ਟੈਕਸ ਆ, ਆਪ ਨਹੀਂ ਭਰਦੇ, ਉਹਨਾਂ ਦਾ ਜਿਹੜਾ ਟੈਕਸ ਵੀ ਉਹ ਪੰਜਾਬ ਸਰਕਾਰ ਭਰਦੀ ਹੈ, ਉਹਨਾਂ ਦੀ ਤਨਖਾਹ 'ਚੋਂ ਨਹੀਂ ਕੱਟਿਆ ਜਾਂਦਾ, ਉਹ ਵੀ ਸਰਕਾਰੀ ਖਜ਼ਾਨੇ 'ਚੋਂ ਹੀ ਭਰਿਆ ਜਾਂਦਾ ਹੈ। ਫਤਿਹ ਜੰਗ ਸਿੰਘ ਬਾਜਵਾ, ਉਹ ਵੀ ਕਾਫੀ ਚਰਚਾ 'ਚ ਰਹਿੰਦੇ ਨੇ, ਬਾਜਵਾ ਸਾਹਿਬ ਵੀ ਅਜੇ ਤੱਕ ਆਪਣਾ ਟੈਕਸ ਆਪ ਨਹੀਂ ਭਰਨ ਲੱਗੇ। ਰਮਿੰਦਰ ਸਿੰਘ ਆਂਵਲਾ ਜੀ, ਰਾਣਾ ਗੁਰਜੀਤ ਸਿੰਘ ਜੀ, ਸੰਗਤ ਸਿੰਘ ਗਿਲਜੀਆ, ਸੰਗਤ ਸਿੰਘ ਗਿਲਜੀਆ ਜੀ ਨੂੰ ਤਾਂ ਹੁਣੇ ਜੇ ਜਿਹੜੇ ਕਾਂਗਰਸ ਨੇ 4 ਬਣਾਏ ਆ, ਕਾਰਜਕਾਰੀ ਪ੍ਰਧਾਨ ਬਣਾਏ, ਕਾਰਜਕਾਰੀ ਪ੍ਰਧਾਨਾਂ 'ਚ ਵੀ ਸ਼ਾਮਿਲ ਕੀਤਾ ਸੰਗਤ ਸਿੰਘ ਗਿਲਜੀਆ ਦਾ ਨਾਮ ਹੈ, ਅਤੇ ਸੰਗਤ ਸਿੰਘ ਗਿਲਜੀਆ ਜੀ ਵੀ ਆਪ ਟੈਕਸ ਨਹੀਂ ਭਰਦੇ, ਉਹਨਾਂ ਦਾ ਟੈਕਸ ਵੀ ਸਰਕਾਰੀ ਖਜ਼ਾਨੇ 'ਚੋਂ ਭਰਿਆ ਜਾਂਦਾ। ਅਤੇ ਅੱਗੇ ਗੱਲ ਕਰਦੇ ਹਾਂ ਬਹੁਤ ਹੀ ਚਰਚਾ ਵਿੱਚ ਰਹਿਣ ਵਾਲੇ ਨੇਤਾ ਦੀ, ਮੇਰੀ ਮੁਰਾਦ ਸੁਖਪਾਲ ਸਿੰਘ ਖਹਿਰਾ ਜੀ। ਸੁਖਪਾਲ ਸਿੰਘ ਖਹਿਰਾ ਜੀ ਆਪਣੇ ਆਪ ਨੂੰ ਪੰਜਾਬੀਆਂ ਦੇ ਅਲੰਬਰਦਾਰ ਕਹਾਉਂਦੇ ਨੇ, ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ, ਮੀਡੀਆ 'ਚ ਛਾਏ ਰਹਿੰਦੇ ਨੇ, ਭਾਵੇਂ ਪਾਰਟੀਆਂ ਬਦਲਦੇ ਰਹਿੰਦੇ ਨੇ ਪਰ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ, ਉਹ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਉਹਦੇ 'ਤੇ ਵੱਧ ਕੇ ਬੋਲਦੇ ਨੇ। ਪਰ ਸੁਖਪਾਲ ਸਿੰਘ ਖਹਿਰਾ ਨੂੰ ਵੀ ਅਜੇ ਤੱਕ ਯਾਦ ਨਹੀਂ ਆਇਆ ਕਿ ਜਿਹੜਾ ਇਨਕਮ ਟੈਕਸ ਹੈ ਉਹ ਤਾਂ ਕਦੋਂ ਘੱਟੋ ਘੱਟ ਮੈਂ ਖੁਦ ਭਰ ਲਾਂ। ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਇਨਕਮ ਟੈਕਸ ਵੀ ਹੈ ਉਹ ਵੀ ਸਰਕਾਰ ਪੇ ਕਰਦੀ ਹੈ, ਸਰਕਾਰੀ ਖਜ਼ਾਨੇ ਤੋਂ ਜਾਂਦਾ ਉਹਨਾਂ ਦਾ ਇਨਕਮ ਟੈਕਸ ਵੀ। ਅੱਗੇ ਜਿਹੜੇ ਕਾਂਗਰਸ ਵੱਲੋਂ ਨਵੇਂ ਬਣਾਏ ਗਏ ਕਾਰਜਕਾਰੀ ਪ੍ਰਧਾਨਾਂ ਵਿੱਚ ਇੱਕ ਨਾਂ ਹੈ ਸੁਖਵਿੰਦਰ ਸਿੰਘ ਡੈਨੀ ਦਾ। ਸੁਖਵਿੰਦਰ ਸਿੰਘ ਡੈਨੀ ਵੀ ਅਜੇ ਤੱਕ ਆਪਣਾ ਟੈਕਸ ਆਪ ਨਹੀਂ ਭਰਨ ਲੱਗੇ, ਉਹ ਵੀ ਉਹਨਾਂ ਦਾ ਜਿਹੜਾ ਇਨਕਮ ਟੈਕਸ ਆ ਉਹ ਵੀ ਸਰਕਾਰੀ ਖਜ਼ਾਨੇ 'ਚੋਂ ਭਰਿਆ ਜਾਂਦਾ। ਸੋ ਦੋਸਤੋ, ਇਹ ਤਾਂ ਸੀ ਇੱਕ ਅੰਕੜੇ, ਕਿਉਂਕਿ ਇਨਕਮ ਟੈਕਸ ਦੀ ਬਹੁਤੀ ਵੱਡੀ ਅਮਾਊਂਟ ਨਹੀਂ ਹੁੰਦੀ, ਇੱਕ MLA 1-2 ਲੱਖ ਰੁਪਈਆ ਸਾਲ ਵਿੱਚ, ਸਾਲ ਬਾਅਦ ਭਰਨਾ ਕੋਈ ਬਹੁਤਾ ਮਾਣੇ ਨਹੀਂ ਰੱਖਦਾ, ਪਰ ਇੱਕ ਮਾਨਸਿਕ ਪੱਧਰ ਹੈ ਜਿਹੜਾ, ਮਾਨਸਿਕਤਾ ਹੈ ਜਿਹੜੀ, ਉਹ ਇੱਥੋਂ ਸਾਹਮਣੇ ਆ ਜਾਂਦੀ ਹੈ ਕਿ ਅਸੀਂ ਲੋਕਾਂ ਦੇ ਕਿੰਨੇ ਕੁ ਹਿੱਤਾਂ ਦੀ ਰਾਖੀ ਕਰ ਸਕਦੇ ਹਾਂ। ਜਿਹੜਾ MLA ਆਪਣਾ ਟੈਕਸ ਖੁਦ ਨਹੀਂ ਭਰ ਸਕਦਾ, ਉਹ ਹੋਰ ਵੱਡੇ ਜਿਹੜੇ ਪ੍ਰੋਜੈਕਟ ਹੈ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਹਾਂ, ਇਹ ਲੋਕ ਆਪ ਹੀ ਅਸੀਂ ਸੋਚ ਸਕਦੇ ਹਾਂ। ਸੋ ਆਪਾਂ ਪਹਿਲਾਂ ਤਾਂ ਮੇਰੀ ਸਾਡੇ ਦਰਸ਼ਕਾਂ ਨੂੰ ਅਪੀਲ ਹੈ, ਸਾਡੇ ਅੱਗੇ ਇਲੈਕਸ਼ਨ ਆ ਰਹੇ ਨੇ ਜਿਹੜੇ 2022 ਵਿੱਚ ਪੰਜਾਬ ਵਿਧਾਨ ਸਭਾ ਦੇ, ਉਹਦੇ ਸਾਰੇ ਲੀਡਰਾਂ ਨੇ ਸਾਡੇ ਘਰਾਂ 'ਚ ਆਉਣਾ, ਸਾਰੇ ਲੀਡਰਾਂ ਨੇ ਵੋਟਾਂ ਮੰਗਣ ਆਉਣਾ, ਉਹਨਾਂ ਨੂੰ ਇਹ ਸਵਾਲ ਕਰੀਏ ਕਿ ਤੁਹਾਡੀ ਜਿਹੜੀ ਜ਼ਮੀਰ ਕਿੱਥੇ ਖੜੀ ਹੈ, ਸਾਡੇ ਹਿੱਤਾਂ ਦੀ ਰਾਖੀ ਤੁਸੀਂ ਕਿੰਨੀ ਕਰ ਸਕਦੇ ਹੋ, ਤੁਹਾਨੂੰ ਆਪਣੀਆਂ ਜੇਬਾਂ ਪਿਆਰੀਆਂ ਕਿ ਸਾਡੀਆਂ ਜੇਬਾਂ ਪਿਆਰੀਆਂ, ਹਮੇਸ਼ਾ ਜਿਹੜੇ ਤੁਹਾਡੇ ਖਰਚੇ ਉਹ ਸਾਡੀਆਂ ਜੇਬਾਂ 'ਚੋਂ ਜਾ ਰਹੇ ਨੇ। ਤੁਸੀਂ ਪ੍ਰਚਾਰ ਇਹ ਕਰਦੇ ਹਾਂ ਕਿ ਲੋਕਾਂ ਦੀਆਂ ਜੇਬਾਂ ਕੱਟ ਰਹੇ, ਵਿਰੋਧੀ ਜੇਬਾਂ ਕੱਟ ਰਹੇ, ਤੁਸੀਂ ਖੁਦ ਕਿੰਨੀ ਕੁ ਇਮਾਨਦਾਰੀ ਵਰਤਦੇ ਹੋ, ਇਹ ਸਵਾਲ ਕਰਨੇ ਬਣਦੇ ਆ। ਅਤੇ ਸਾਡੇ ਜਿਹੜੇ ਸਿਆਸੀ ਲੀਡਰ ਹੈ ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਆਪਾਂ ਇੰਨਾ ਨੀਵੇਂ ਪੱਧਰ 'ਤੇ ਨਾ ਜਾਈਏ, ਇਹ ਜਿਹੜਾ ਕਮਾਈ ਹੈ, ਕਿਉਂਕਿ ਜਿਹੜਾ ਵੀ ਕੋਈ MLA ਇਸ ਸਮਰੱਥਾ 'ਚ ਹੁੰਦਾ ਕਿ ਆਪਣਾ ਇਨਕਮ ਟੈਕਸ ਤਾਂ ਖੁਦ ਪੇ ਕਰ ਸਕਦਾ, ਉਹ ਇੰਨਾ ਮਤਲਬ ਕਮਜ਼ੋਰ ਕੋਈ ਨਹੀਂ ਹੁੰਦਾ ਜਿਹੜਾ ਇਨਕਮ ਟੈਕਸ ਵੀ ਪੇ ਨਹੀਂ ਕਰ ਸਕਦਾ। ਜਿਹੜਾ ਇੰਨਾ ਘੱਟ ਹੋਊ, ਜੇ ਉਹਦੀ ਇਨਕਮ ਘੱਟ ਹੋਊਗੀ ਤਾਂ ਨੈਚੁਰਲੀ ਉਹਦਾ ਟੈਕਸ ਵੀ ਘੱਟ ਹੋਊਗਾ। ਸੋ ਇਹਨਾਂ ਗੱਲਾਂ 'ਤੇ ਸਾਨੂੰ ਵਿਚਾਰ ਕਰਨਾ ਚਾਹੀਦਾ, ਸਾਨੂੰ ਜਿਹੜੇ ਲੋਕਾਂ ਨੂੰ ਵੀ, ਵੋਟਰਾਂ ਨੂੰ ਵੀ ਵਿਚਾਰ ਕਰਨਾ ਚਾਹੀਦਾ, ਸਾਨੂੰ ਲੀਡਰਾਂ ਨੂੰ ਵੀ ਵਿਚਾਰ ਕਰਨਾ ਚਾਹੀਦਾ। ਅੱਜ ਲਈ ਦੋਸਤੋ ਇੰਨਾ ਹੀ, ਅਗਲੀ ਵਾਰ ਕਿਸੇ ਨਵੇਂ ਵਿਸ਼ੇ ਨਾਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।